ਅੱਜ ਵੀਰ ਨੇ ਆਵਾਜ਼ ਉਠਾਈ ਸੀ, ਜੇ ਵੀਰ ਨੇ ਵਿਰੋਧ ਕੀਤਾ ਕੀ ਮਾੜਾ ਕੀਤਾ? ਇਹ ਲੋਕ ਚਾਹੁੰਦੇ ਆ ਕਿ ਹਮੇਸ਼ਾ ਸਾਡੇ ਥੱਲੇ ਰਹਿਣ, ਦਬੇ ਕੁਚਲੇ ਰਹਿਣ ਔਰ ਸਾਡੇ ਮੂਹਰੇ ਬਗਾਵਤ ਨਾ ਕਰਨ, ਪਰ ਅਸੀਂ ਉਸ ਸ਼ੇਰ ਦੇ ਜਾਏ ਹਾਂ, ਅਸੀਂ ਉਸ ਰਹਿਬਰ ਦੇ ਜਾਏ ਹਾਂ, ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੇ, ਜਿਹਨੇ ਸਾਨੂੰ ਕਲਮ ਦੀ ਤਾਕਤ ਨਾਲ ਇਹ ਹੱਕ ਲੈ ਕੇ ਦਿੱਤੇ। ਜੇ ਅੱਜ ਸ਼ਾਇਦ ਸਾਡੇ ਕੋਲ ਸੰਵਿਧਾਨ ਨਾ ਹੁੰਦਾ ਤਾਂ ਅਸੀਂ ਸ਼ਾਇਦ ਇਹ ਵੀ ਨਾ ਬੋਲਦੇ, ਇਹ ਵੀ ਨਾ ਗੱਲ ਕਰ ਸਕਦੇ ਕਿ ਅਸੀਂ ਆਪਣਾ ਹੱਕ ਲੈਣਾ ਹੈ। ਇਸ ਕਰਕੇ ਮੈਂ ਵੀਰੋ, ਮੈਂ ਤੁਹਾਨੂੰ ਟੈਰਰ ਫੋਰਸ ਵੱਲੋਂ ਇਹੀ ਬੇਨਤੀ ਕਰਦਾ ਕਿ ਸਾਡੀ ਤਾਕਤ ਸਾਡਾ ਏਕਤਾ ਦੇ ਵਿੱਚ ਆ, ਜੇ ਸਾਡੀ ਏਕਤਾ ਨਹੀਂ ਤਾਂ ਸਾਨੂੰ ਇਕੱਲੇ ਇਕੱਲੇ ਨੂੰ ਇਸੇ ਤਰ੍ਹਾਂ ਉਹਨਾਂ ਨੇ ਪਲੂਣਾਣਾ ਹੈ। ਮੈਂ ਆਪਣੇ ਭਰਾਵਾਂ ਨੂੰ ਬੇਨਤੀ ਕਰਦਾ ਕਿ ਜੇ ਗੁਰੂ ਰਵਿਦਾਸ ਟੈਗਰ ਫੋਰਸ ਤੁਹਾਡੇ ਸਮਰਥਨ 'ਚ ਆਈ ਆ, ਅੱਜ ਹੋਰ ਵੀ ਜਥੇਬੰਦੀਆਂ ਬਹੁਤ ਆਈਆਂ ਹੋਣਗੀਆਂ, ਇਹ ਸਾਡੀ ਏਕਤਾ ਦੀ ਮਿਸਾਲ ਆ। ਜਿੱਦਣ ਅਸੀਂ ਇੱਕ ਇਹ ਪੰਜਾ ਸਾਡਾ ਖੁੱਲ੍ਹਾ, ਇਹਨੂੰ ਕੋਈ ਵੀ ਉਂਗਲੀ ਨੂੰ ਮਰੋੜ ਸਕਦਾ, ਜਦੋਂ ਇਹ ਮੁੱਠ ਬਣ ਜਾਂਦੀ ਹੈ ਨਾ, ਇਹ ਮੁੱਕਾ ਬਣ ਜਾਂਦਾ, ਇਹ ਕਿਸੇ ਨੂੰ ਵੀ ਤੋੜ ਸਕਦਾ। ਸਾਥੀਓ, ਆਓ ਆਪਾਂ ਪਹਿਲਾਂ ਇੱਕ ਨਾਰਾ ਬੁਲੰਦ ਕਰੀਏ ਜਿਹਦੇ ਨਾਲ ਬੜੀਆਂ ਬੜੀਆਂ ਹਕੂਮਤਾਂ ਵੀ ਡਰ ਜਾਂਦੀਆਂ ਆ। ਜੈ ਭੀਮ, ਜੈ ਭਾਰਤ, ਜੈ ਭੀਮ, ਜੈ ਭਾਰਤ, ਗਲੀ ਗਲੀ ਸੇ ਆਈ ਆਵਾਜ਼, ਜੈ ਰਾਮ ਜੈ ਰਾਮ, ਗਲੀ ਗਲੀ ਸੇ ਆਈ ਆਵਾਜ਼, ਜੈ ਵਾਲਮੀਕਿ ਜੈ ਰਵਿਦਾਸ। ਹਕੂਮਤ ਹਮੇਸ਼ਾ ਉਹਨਾਂ ਲੋਕਾਂ ਤੇ ਜ਼ੁਲਮ ਕਰਦੀ ਆ ਜਿਨ੍ਹਾਂ ਦੇ ਕੋਲ ਤਾਕਤ ਹੁੰਦੀ ਆ। ਮਾਨਵਰ ਕਾਂਚੀਰਾਮ ਕਹਿੰਦੇ ਸੀਗੇ, ਸਰਕਾਰਾਂ ਉਸੇ ਕੌਮ ਤੇ ਜ਼ੁਲਮ ਕਰਦੀਆਂ ਜਿਸ ਕੌਮ ਦੇ ਮਰਦ ਦਲੇਰ ਹੁੰਦੇ। ਕੌਣ ਪੁੱਛਦਾ ਗਿੱਦੜਾਂ ਤੇ ਕਾਵਾਂ ਨੂੰ, ਤਾਂਹੀਓ ਤਾਂ ਪਿੰਜਰੇ ਵਿੱਚ ਕੈਦ ਸ਼ੇਰ ਹੁੰਦੇ। ਇਹ ਤੁਹਾਡੇ ਉੱਤੇ ਡਿਪੈਂਡ ਕਰਦਾ, ਇਹ ਤੁਹਾਡੇ ਉੱਤੇ ਡਿਪੈਂਡ ਕਰਦਾ ਕਿ ਤੁਸੀਂ ਸ਼ੇਰ ਬਣਨਾ ਜਾਂ ਗਿੱਦੜ। ਜੇ ਅੱਜ ਸ਼ੇਰ ਬਣਨਾ ਤਾਂ ਤੁਹਾਡੇ ਭਰਾ ਦੇ ਉੱਤੇ, ਜੇ ਤੇ ਮੁਸੀਬਤ ਆਈ ਆ ਉਹਨੂੰ ਕੋਈ ਰੋਕ ਨਹੀਂ ਸਕਦਾ ਸਾਡੀ ਬਗਾਵਤ ਕਰਨ ਲਈ। ਇਸ ਕਰਕੇ ਸਾਨੂੰ ਆਪਣੇ ਜਿਹੜੇ ਰਹਿਬਰ ਆ ਉਹਨਾਂ ਦੀ ਵਿਚਾਰਧਾਰਾ ਤੇ ਚੱਲਣਾ ਚਾਹੀਦਾ, ਔਰ ਆਉਣ ਵਾਲੇ ਸਮੇਂ ਦੇ ਵਿੱਚ ਇੱਦਾਂ ਦੀਆਂ ਹਕੂਮਤਾਂ ਸਾਡੇ ਥੱਲੇ ਝੁਕਦੀਆਂ ਨਜ਼ਰ ਆਉਣਗੀਆਂ ਪੈਰਾਂ ਦੇ ਵਿੱਚ। ਜਿੰਨਾ ਚਿਰ ਅਸੀਂ ਲੋਕ ਆਪਣੀ ਏਕਤਾ ਦਾ ਅਸੀਂ ਨਾਰਾ ਨਹੀਂ ਲਗਾ ਸਕਦੇ, ਏਕਤਾ ਦਾ ਇਕੱਠ ਨਹੀਂ ਦਿਖਾ ਸਕਦੇ, ਉਹਨਾਂ ਚਿਰ ਸਾਡੇ ਸਮਾਜ ਦੇ ਉੱਤੇ ਜ਼ੁਲਮ ਹੋਣੇ ਬੰਦ ਨਹੀਂ ਹੋਣੇ। ਜੇ ਅੱਜ ਵੀਰ ਨੇ ਆਵਾਜ਼ ਉਠਾਈ ਸੀ, ਜੇ ਵੀਰ ਨੇ ਵਿਰੋਧ ਕੀਤਾ ਕੀ ਮਾੜਾ ਕੀਤਾ? ਇਹ ਲੋਕ ਚਾਹੁੰਦੇ ਆ ਕਿ ਹਮੇਸ਼ਾ ਸਾਡੇ ਥੱਲੇ ਰਹਿਣ, ਦਬੇ ਕੁਚਲੇ ਰਹਿਣ ਔਰ ਸਾਡੇ ਮੂਹਰੇ ਬਗਾਵਤ ਨਾ ਕਰਨ, ਪਰ ਅਸੀਂ ਉਸ ਸ਼ੇਰ ਦੇ ਜਾਏ ਹਾਂ, ਅਸੀਂ ਉਸ ਰਹਿਬਰ ਦੇ ਜਾਏ ਹਾਂ, ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੇ, ਜਿਹਨੇ ਸਾਨੂੰ ਕਲਮ ਦੀ ਤਾਕਤ ਨਾਲ ਇਹ ਹੱਕ ਲੈ ਕੇ ਦਿੱਤੇ। ਜੇ ਅੱਜ ਸ਼ਾਇਦ ਸਾਡੇ ਕੋਲ ਸੰਵਿਧਾਨ ਨਾ ਹੁੰਦਾ ਤਾਂ ਅਸੀਂ ਸ਼ਾਇਦ ਇਹ ਵੀ ਨਾ ਬੋਲਦੇ, ਇਹ ਵੀ ਨਾ ਗੱਲ ਕਰ ਸਕਦੇ ਕਿ ਅਸੀਂ ਆਪਣਾ ਹੱਕ ਲੈਣਾ ਹੈ। ਇਸ ਕਰਕੇ ਮੈਂ ਵੀਰੋ, ਮੈਂ ਤੁਹਾਨੂੰ ਟੈਰਰ ਫੋਰਸ ਵੱਲੋਂ ਇਹੀ ਬੇਨਤੀ ਕਰਦਾ ਕਿ ਸਾਡੀ ਤਾਕਤ ਸਾਡਾ ਏਕਤਾ ਦੇ ਵਿੱਚ ਆ, ਜੇ ਸਾਡੀ ਏਕਤਾ ਨਹੀਂ ਤਾਂ ਸਾਨੂੰ ਇਕੱਲੇ ਇਕੱਲੇ ਨੂੰ ਇਸੇ ਤਰ੍ਹਾਂ ਉਹਨਾਂ ਨੇ ਪਲੂਣਾਣਾ ਹੈ। ਮੈਂ ਆਪਣੇ ਭਰਾਵਾਂ ਨੂੰ ਬੇਨਤੀ ਕਰਦਾ ਕਿ ਜੇ ਗੁਰੂ ਰਵਿਦਾਸ ਟੈਗਰ ਫੋਰਸ ਤੁਹਾਡੇ ਸਮਰਥਨ 'ਚ ਆਈ ਆ, ਅੱਜ ਹੋਰ ਵੀ ਜਥੇਬੰਦੀਆਂ ਬਹੁਤ ਆਈਆਂ ਹੋਣਗੀਆਂ, ਇਹ ਸਾਡੀ ਏਕਤਾ ਦੀ ਮਿਸਾਲ ਆ। ਜਿੱਦਣ ਅਸੀਂ ਇੱਕ ਇਹ ਪੰਜਾ ਸਾਡਾ ਖੁੱਲ੍ਹਾ, ਇਹਨੂੰ ਕੋਈ ਵੀ ਉਂਗਲੀ ਨੂੰ ਮਰੋੜ ਸਕਦਾ, ਜਦੋਂ ਇਹ ਮੁੱਠ ਬਣ ਜਾਂਦੀ ਹੈ ਨਾ, ਇਹ ਮੁੱਕਾ ਬਣ ਜਾਂਦਾ, ਇਹ ਕਿਸੇ ਨੂੰ ਵੀ ਤੋੜ ਸਕਦਾ। ਇਸ ਕਰਕੇ ਸਾਨੂੰ ਇਹ ਮਿਸਾਲ ਨੂੰ ਲੈਣਾ ਚਾਹੀਦਾ, ਸਾਨੂੰ ਇੱਕ ਬਣ ਕੇ ਰਹਿਣਾ ਚਾਹੀਦਾ। ਇਸ ਕਰਕੇ ਅਸੀਂ ਅੱਜ ਜਿਹੜਾ ਇਹ ਹੱਕ ਦਾ ਨਾਰਾ ਲੈ ਕੇ ਆਏ ਹਾਂ, ਉਸ ਬੰਦੇ ਦੀ ਆਵਾਜ਼ ਬੁਲੰਦ ਕਰਨ ਆਏ ਹਾਂ। ਆਪਾਂ ਨੂੰ ਇਸੇ ਤਰ੍ਹਾਂ ਦਾ ਏਕਾ ਹਰੇਕ ਵਾਰ ਦਿਖਾਲਣਾ ਚਾਹੀਦਾ, ਔਰ ਮੈਂ ਕਹੂੰਗਾ ਕਿ ਆਪਾਂ ਉਹ ਇੱਕ ਨਾਰਾ ਲਾਈਏ, ਜੈ ਭੀਮ ਜੈ ਭਾਰਤ, ਬਾਬਾ ਸਾਹਿਬ ਤੁਹਾਡੀ ਸੋਚ ਤੇ ਮੇਰਾ ਦਿਆਂਗੇ ਟੋਕੇ। ਇਹ ਆਵਾਜ਼ ਜਿਹੜੀ ਆ ਉੱਥੇ ਤੱਕ ਜਾਣੀ ਚਾਹੀਦੀ ਆ ਗੂੰਜ ਦੀ, ਕਿ ਉਹਨਾਂ ਨੂੰ ਵੀ ਪਤਾ ਲੱਗ ਜਾਏ ਕੁਰਸੀ ਹਿੱਲਣ ਲੱਗ ਪੈਗੀ। ਅੱਜ ਗੁਰੂ ਰਵਿਦਾਸ ਟੈਗਰ ਫੋਰਸ ਔਰ ਰਵਿਦਾਸੀਆ ਸਮਾਜ, ਵਾਲਮੀਕੀਆ ਸਮਾਜ ਇੱਕ ਮੰਚ ਤੇ ਖੜੇ ਹੋ ਗਏ ਆ। ਜੈ ਭੀਮ ਜੈ ਭਾਰਤ, ਜੈ ਭੀਮ ਜੈ ਭਾਰਤ, ਗਲੀ ਗਲੀ ਸੇ ਆਈ ਆਵਾਜ਼, ਜੈ ਵਾਲਮੀਕੀ ਜੈ ਰਵਿਦਾਸ। ਮੈਨੂੰ ਲੱਗਦਾ ਕੁਰਸੀ ਹਿੱਲ ਗਈ ਹੋਣੀ ਆ। ਥੈਂਕ ਯੂ, ਬਹੁਤ ਬਹੁਤ ਧੰਨਵਾਦ।